ਉੱਥੇ ਫੀਸ ਮਾਫੀ ਦੀ ਅਰਜ਼ੀ ਹੋ ਹੈ ਨਹੀਂ ਕਿਉਂਕਿ ਪਹਿਲਾਂ ਹੀ ਭਰਾ ਲੈਂਦੇ 2 ਲੱਖ ਉਹਦਾ। ਅਸੀਂ ਇੱਥੇ ਫੀਸ ਮਾਫੀ ਦੀਆਂ ਅਰਜ਼ੀਆਂ ਲਿਖੀਆਂ ਨੇ ਸਰਕਾਰੀ ਸਕੂਲਾਂ 'ਚ। ਇੱਦਾਂ ਹੀ ਹਸਪਤਾਲ ਵਾਲੇ ਆਏ ਕਹਿੰਦੇ ਚੱਕੋ ਜੀ ਇੰਨਾ ਮਰੀਜ਼, ਉਹ ਕਹਿੰਦੇ ਦਿੰਦੇ ਹਾਂ ਸਰਕਾਰੀ ਹਸਪਤਾਲ ਖਤਮ ਕਰ ਦਿੰਦੇ ਹਾਂ। ਉੱਥੇ ਕੋਈ ਉੱਥੇ ਐਕਸਰੇ ਦੀਆਂ ਮਸ਼ੀਨਾਂ 'ਚ ਕਬੂਤਰਾਂ ਦੇ ਆਲਣੇ ਹੋਣਗੇ, ਕੋਈ ਜਾ ਕੇ ਰਾਜ਼ੀ ਨਹੀਂ ਹੋਊਗਾ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣ, ਨਹੀਂ ਤਾਂ ਮਰੂਗਾ ਉਹ, ਨਹੀਂ ਤਾਂ ਫਿਰ ਮਰਦਾ ਕੀ ਨਾ ਕਰਦਾ, ਜ਼ਮੀਨ ਵੇਚਣਗੇ ਜੋ ਮਰਜ਼ੀ ਕਰਨ, ਕਰਜ਼ਾ ਲੈਣ, ਉਹ ਪ੍ਰਾਈਵੇਟ ਹਸਪਤਾਲ ਜਾਣਗੇ। ਤੁਸੀਂ ਜਾਣ ਸਰ ਫੀਸ ਭਰਾ ਲਿਆ ਕਰੋ ਵੀ ਟਾਈਮ 'ਤੇ ਲੈ ਆਏ, ਤਾਂ ਬਹੁਤ ਜੇ ਅੱਧਾ ਘੰਟਾ ਲੇਟ ਹੋ ਜਾਂਦਾ ਕੰਮ ਖਰਾਬ ਹੋਣਾ ਸੀ, 5 ਲੱਖ ਜਮ੍ਹਾਂ ਕਰਾ ਦਿਓ। ਅਤੇ ਉਹ ਸ਼ੀਸ਼ਿਆਂ ਵਾਲੇ ਹਸਪਤਾਲ ਖੁੱਲ੍ਹ ਗਏ ਜੀ, ਸਰਕਾਰੀ ਬੇਕਾਰ ਹੋ ਗਏ, 2 ਮਾਰਕੀਟਾਂ ਬਣਾਤੀਆਂ, ਸਮਝ ਗਏ ਨਾ, ਸਕੂਲ ਵਾਲੀਆਂ ਮਾਰਕੀਟ ਬਣਾ ਕੇ ਦੇਤੀ, ਹਸਪਤਾਲ ਨੂੰ ਮਾਰਕੀਟ ਬਣਾ ਕੇ ਦੇਤੀ। ਤੀਜਾ ਆ ਗਿਆ ਜੀ ਬੱਸਾਂ, ਉਹ ਕਹਿੰਦੇ ਬੱਸਾਂ ਸਾਡੀਆਂ ਨੇ, ਫਿਰ ਹੁਣ ਫਿਰ ਨਾ ਕਿਵੇਂ ਕਰਨਾ ਸਵਾਰੀਆਂ, ਉਹ ਕਹਿੰਦੇ ਕਿਹੜੀ ਗੱਲ ਹੈ, ਆਪਾਂ ਸਰਕਾਰੀ ਬੱਸਾਂ ਖਤਮ ਕਰ ਦਿੰਦੇ ਹਾਂ। ਰੋਡਵੇਜ਼ ਦੀ ਬੱਸ ਦੇ ਆਲੇ ਦੁਆਲੇ ਲਾ ਲਈਆਂ ਜੀ, ਇੱਕ ਮੂਹਰੇ ਵੱਡੇ ਸਾਰੇ ਸ਼ੀਸ਼ਿਆਂ ਵਾਲੀ, ਇੱਕ ਮਾਂਗਰ। ਰੋਡਵੇਜ਼ ਦੀ ਬੱਸ ਨੂੰ ਤਾਂ ਬਰਗਰ ਦੀ ਟਿੱਕੀ ਵਾਂਗੂ ਖਿੱਚੀ ਫਿਰਦੇ ਨੇ, ਨਾ ਉਹ 'ਚ ਕੋਈ ਚੜ੍ਹੇ, ਜਿਹੜੇ ਚੜ੍ਹਦੇ ਆ ਉਹਨਾਂ ਦੇ ਮੁਫ਼ਤ ਫ੍ਰੀ ਕਰਤੇ। ਚਲੋ ਜੀ ਆਹ ਵੀ ਭਰ ਗਈ, ਆਹ ਵੀ ਰੋਡਵੇਜ਼ ਦੀ ਬੱਸ ਬੱਸ ਅੱਡੇ 'ਚ ਆਉਂਦੀ ਹੈ, ਆਉਣ ਸਾਰ ਉਹਨੂੰ ਕਹਿੰਦੇ ਚੱਲ 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 ਤੇਰਾ ਟਾਈਮ ਖਤਮ, 1 ਮਿੰਟ ਸੀ, ਅਤੇ ਆਪਦੇ ਵਾਲੀਆਂ ਅੱਧਾ ਅੱਧਾ ਘੰਟਾ ਖੜਦੀਆਂ। ਅਸੀਂ ਫਿਰ ਕੱਢੇ ਜਦੋਂ ਕਾਗਜ਼, ਆਹ ਬੱਸਾਂ ਖਤਮ ਕਰਤੀਆਂ, ਪ੍ਰਾਈਵੇਟ ਵਾਸਤੇ ਮਾਰਕੀਟ ਪੈਦਾ ਕਰਤੀ। ਜਦੋਂ ਤੁਹਾਡੇ ਹਾਕਮ ਵਪਾਰੀ ਬਣ ਜਾਣ, ਫਿਰ ਤੁਸੀਂ ਕਿੱਥੇ ਜਾਓਗੇ, ਵੀ ਤੁਸੀਂ ਕਿਵੇਂ ਵਪਾਰ ਕਰ ਲਓਗੇ। ਜਿਹੜੇ ਰਾਜ ਦੇ ਰਾਜੇ ਵਪਾਰੀ, ਉਸ ਰਾਜ ਦੀ ਜਨਤਾ ਭਿਖਾਰੀ, ਸਿੱਧੀ ਜੀ ਗੱਲ ਹੈ। ਕਿਉਂਕਿ ਉਹ ਤਾਂ ਹਰ ਵਕਤ ਸੜਕ ਤੋਂ ਲੰਘਦੇ ਵੀ ਐਂ ਦੇਖਦੇ ਨੇ, ਆਹ ਕੀ ਦੀ ਫੈਕਟਰੀ ਆ, ਉਹ ਬੜੀ ਚੱਲੀ ਜਾਂਦੀ ਹੈ, ਪਤਾ ਕਰੋ ਇਹਦਾ। ਗੋਲ ਗੱਪੇ ਵਾਲੀਆਂ ਰੇਹੜੀਆਂ ਨਹੀਂ ਛੱਡੀਆਂ, ਵੀ ਆਹ ਕੱਠ ਜਾ ਕਾਹਦਾ, ਕਹਿੰਦੇ ਗੋਲ ਗੱਪੇ ਵਾਲੀ ਰੇਹੜੀ ਹੈ ਇਹਦੀ, ਭੋਲੇ ਦੀ, ਲਿਆਓ ਕਰਾਓ ਗੱਲ, ਭੋਲੇ ਨੂੰ ਬੁਲਾਓ। ਅਗਲੇ ਦਿਨ ਭੋਲਾ ਕਹਿੰਦਾ ਠੀਕ ਹੈ ਜੀ, 700 ਕਮਾਉਣਾ, 500 ਤੁਹਾਡਾ, 200 ਮੇਰਾ। ਸੱਚੀਆਂ ਗੱਲਾਂ ਨੇ ਨਾ। ਹਾਂ, ਗੋਲ ਗੱਪੇ ਵੀ ਸਰਕਾਰੀ ਕਰਤੇ, ਵੀ ਕੋਈ ਗਰੀਬ ਕੋਈ ਰੇਹੜੀ ਲਾ ਕੇ ਚਲਾਉਂਦਾ ਆਪਦਾ ਘਰ, ਨਾ ਸਾਨੂੰ ਪੁੱਛੇ ਬਿਨਾਂ ਕਿਵੇਂ ਸਾਹ ਲੈ ਜਾਓਗੇ ਇੱਥੇ ਤੁਸੀਂ। ਆਹ ਕੰਮ ਸੀ ਪਹਿਲਾਂ ਭਾਈ, ਹੁਣ ਜਦੋਂ ਦਾ ਤੁਸੀਂ ਆਮ ਲੋਕਾਂ ਨੂੰ ਉੱਥੇ ਬਿਠਾਇਆ, ਹੁਣ ਰੋਜ਼ ਫਾਈਲਾਂ ਖੁੱਲ੍ਹਦੀਆਂ ਨੇ, ਰੋਜ਼ ਕੋਈ ਨਾ ਕੋਈ ਅੰਦਰ ਹੁੰਦਾ, ਰੋਜ਼ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਨੇ, ਰੋਜ਼ ਅਸੀਂ PRTC ਦੀਆਂ ਬੱਸਾਂ ਦਾ ਪ੍ਰੋਫਿਟ ਵਧਾਉਂਦੇ ਹਾਂ, ਰੋਜ਼ ਵੇਰਕਾ ਦਾ ਦੁੱਧ ਵਿਕਣ ਲੱਗ ਗਿਆ ਵੱਧ,